ਸਤਿ ਸ਼੍ਰੀ ਅਕਾਲ ਜੀ, ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਜੀ। ਟਾਈਮ ਹੋ ਗਿਆ 12:15 ਵਜੇ ਦਾ ਤੇ ਅੱਜ ਤੁਸੀਂ ਦੇਖ ਰਹੇ ਹੋਣੇ ਮੈਨੂੰ, ਮੈਂ ਤਿਆਰ ਹੋ ਗਈ ਅੱਜ ਸਵੇਰੇ ਹੀ ਤੇ ਅੱਜ ਜਾਣਾ ਜੀ ਅਸੀਂ ਪਿੰਡ, ਮੈਂ ਤੇ ਸਿਮਰਨ ਨੇ ਜਾਣਾ। ਅਵਤਾਰ ਨੂੰ ਛੁੱਟੀ ਨਹੀਂ ਮਿਲੀ ਹੈਗੀ ਤੇ ਕੁਛ ਤਾਂ ਸਰਦੀਆਂ ਵਾਲੇ ਕੱਪੜੇ ਚੱਕਣੇ ਨੇ ਤੇ ਕੁਛ ਸਾਨੂੰ ਥੋੜ੍ਹੇ ਜਿਹੇ ਹੋਰ ਕੰਮ ਨੇ ਤੇ ਮੈਂ ਬਸ ਸਿਰ ਧੋਤਾ ਸੀ ਤੇ ਵਾਲ ਗਿੱਲੇ ਸੀ ਤਾਂ ਮੈਂ ਖੁੱਲ੍ਹੇ ਛੱਡ ਲਏ। ਤੁਸੀਂ ਕਹੋਗੇ ਕਿਤੇ ਬੜੇ ਸਟਾਈਲ ਮਾਰ ਰਹੀ, ਸਟਾਈਲ ਸਟੂਲ ਕੁਛ ਨਹੀਂ ਮਾਰ ਰਹੀ ਤੇ ਬਸ ਆਪਾਂ ਰੈਡੀ ਹਾਂ। ਸਿਮਰਨ ਆ ਗਈ, ਸਿਮਰਨ ਰੋਟੀ ਖਾ ਰਹੀ ਹੈ ਤੇ ਸਿਮਰਨ ਦੀ ਅੱਜ ਫੇਵਰੇਟ ਸਬਜ਼ੀ ਬਣੀ ਹੈ ਭਿੰਡੀ ਕੀ ਸਬਜ਼ੀ ਨਾਲ ਸਿੰਪਲ ਰੋਟੀ ਭਿੰਡੀਆਂ। ਲੈ ਹੁਣ ਫੇਰ ਆ ਜਾਣੀ ਜੀ ਮਾਲਵੇ ਵਾਲਿਆਂ ਦੀ ਗੱਲ। ਮਾਲਵੇ ਵਾਲੇ ਭਿੰਡੀਆਂ ਕਹਿੰਦੇ, ਭਿੰਡੀਆਂ ਦੀ ਦਾਲ ਕਹਿੰਦੇ ਤੇ ਮਾਝੀ ਹੈ ਭਿੰਡੀ ਹੁੰਦੀ ਵੈਸੇ ਤਾਂ, ਤੇ ਮਾਝੇ ਵਾਲੇ ਜਿਹੜੇ ਨੇ ਆਪਾਂ ਮਤਲਬ ਅਸੀਂ ਭਿੰਡੀ ਕਹਿੰਦੇ ਆ ਤੇ ਮਾਲਵੇ ਵਾਲੇ ਭਿੰਡੀਆਂ ਕਹਿੰਦੇ ਨੇ। ਭਿੰਡੀਆਂ ਦੀ ਦਾਲ ਕਰੀਏ, ਮੈਨੂੰ ਸਮਝ ਲੱਗਦੀ ਦਾਲ ਹੈ ਨਾ, ਦਾਲ ਆਪਾਂ ਸੀ ਮੂੰਹ ਨੂੰ ਕਹਿੰਦੇ ਆ, ਜਿਵੇਂ ਕੋਈ ਜਿਵੇਂ ਛੋਲਿਆਂ ਦੀ ਦਾਲ, ਮਾਹਾਂ ਦੀ ਦਾਲ ਹੈ, ਲਿਕਵਿਡ ਵਾਲੀ ਕੋਈ ਚੀਜ਼ ਹੋਵੇ ਹਾਂ, ਮਤਲਬ ਜੋ ਸੁੱਕੀ ਸਬਜ਼ੀ ਹੋਵੇ ਨਾ, ਸਬਜ਼ੀ ਹੈ ਤਰੀ ਵਾਲੀ ਹੈ ਨਾ, ਪਰ ਇੱਥੇ ਹਰ ਚੀਜ਼ ਨੂੰ ਹੀ ਦਾਲ, ਇੱਥੇ ਆਲੂ ਮਟਰ ਦੀ ਦਾਲ, ਗੋਭੀ ਦੀ ਦਾਲ ਹੈ ਨਾ, ਤੇ ਅਸੀਂ ਦਾਲ ਸਿਰਫ ਕਹਿੰਦੇ ਆ ਜੀ ਜਿਵੇਂ ਸਾਬਤ ਮਸਰਾਂ ਦਾਲ, ਸਾਬਤ ਮਾਹਾਂ ਦੀ ਦਾਲ ਉਹਨੂੰ ਦਾਲ ਕਹਿੰਦੇ ਆ। ਤੇ ਚਲੋ ਅੱਡ ਅੱਡ ਰਿਵਾਜ਼ ਨੇ, ਕੋਈ ਮਾੜੀ ਨਹੀਂ ਹੈਗੀ, ਤਰੀਕਾ ਅਲੱਗ ਅਲੱਗ ਬੋਲਣ ਦਾ। ਹੁਣ ਇਹ ਗੁੱਸਾ ਨਾ ਕਰ ਲਿਓ ਮਾਲਵੇ ਵਾਲਿਓ, ਅਸੀਂ ਵੀ ਹੁਣ ਮਾਲਵੇ 'ਚ ਹੀ ਆਏ ਹੋਏ ਹਾਂ ਤੇ ਤਾਂ ਕਰਕੇ ਮਜ਼ਾਕ ਚੱਲਦਾ ਕਈ ਵਾਰੀ। ਅਵਤਾਰ ਹੋਈ ਸਾਰੀ ਫੈਮਿਲੀ ਜਦੋਂ ਬੈਠੇ ਹੁੰਦੇ ਹਾਂ ਤੇ ਮਾਝੇ ਵਾਲੇ ਦੀਆਂ ਨਕਲਾਂ ਲਾਉਣ ਲੱਗ ਪੈਂਦੇ ਹਾਂ ਤੇ ਫਿਰ ਆਪਾਂ ਮਾਲਵੇ ਵਾਲੇ ਦੀਆਂ ਲਾਉਣ ਲੱਗ ਪੈਂਦੇ ਹਾਂ। ਤੇ ਚਲੋ ਜੀ, ਬਾਹਲਾ ਟਾਈਮ ਨਾ ਲੈਂਦੇ ਹੋਏ ਇੱਧਰ ਆਪਾਂ ਨੇ ਆਪਣਾ ਬੈਗ ਤਿਆਰ ਕਰ ਲਿਆ। ਇਹ ਕੁਛ ਕੁ ਕੱਪੜੇ ਨੇ ਗਰਮੀਆਂ ਵਾਲੇ, ਉਹ ਰੱਖਣੇ ਨੇ ਤੇ ਸਰਦੀਆਂ ਵਾਲੇ ਉੱਥੇ ਚੱਕ ਕੇ ਲਿਆਉਣੇ ਨੇ। ਚਲੋ ਜੀ, ਘਰੋਂ ਨਿਕਲ ਚੁੱਕਿਆ ਸੀ ਸਕੂਟੀ ਤੇ ਸਿਮਰਨ ਚਲਾ ਚੁੱਕੀ ਹੈ ਸਕੂਟੀ। ਇਹ ਨਾ ਅੱਜ ਆਉਣਾ ਸੀ ਚੱਠੇ ਨਟ ਕੇ ਰਾਹੀਂ ਤੇ ਅਸੀਂ ਰਸਤਾ ਭੁੱਲ ਗਏ। ਸਿਮਰਨ ਮੈਪ ਤੇ ਦੇਖ ਰਹੀ ਹੈ, ਪਤਾ ਲੱਗਿਆ ਕਿ ਨਹੀਂ? ਸਿਮੂ ਕਹਿੰਦੀ ਲੌਂਗੋਵਾਲ ਵਾਲਾ ਰੋਡ ਆ, ਹੈਂ ਮੈਨੂੰ ਨਹੀਂ ਪਤਾ ਯਾਰ ਕਿਤੇ। ਆਪਾਂ ਪਿੰਡ ਪਹੁੰਚਦੇ ਪਹੁੰਚਦੇ ਲੌਂਗੋਵਾਲ ਪਹੁੰਚਦੀ ਹੈ ਸਿਮਰਨ, ਹੈਂ ਕਿਹੜਾ ਰੋਡ ਇਹ, ਸਮਝ ਨਹੀਂ ਲੱਗ ਰਹੀ ਸਾਨੂੰ ਤਾਂ। ਚਲੋ ਜੀ, ਪਿੰਡ ਪਹੁੰਚ ਗਏ ਅਸੀਂ ਤੇ ਗੇਟ ਨਹੀਂ ਖੋਲਣ ਡੇ, ਸੁੱਤੇ ਪਏ ਸਾਰੇ ਤੇ ਮੈਂ ਹੁਣ ਪਿੱਛੋਂ ਲਿਆਈ ਹਾਂ ਪੈਲੀ 'ਚ ਆਵਾਜ਼ ਮਾਰਨ, ਦੇਖਦੇ ਹਾਂ ਖੋਲਦੇ ਕਿ ਨਹੀਂ ਖੋਲਦੇ। ਗੇਟ ਖੋਲ। ਚਲੋ ਜੀ, ਹੁਣ ਖਿੜਕੀ 'ਚ ਆਵਾਜ਼ ਮਾਰੀ, ਹੁਣ ਗੇਟ ਖੁੱਲੂਗਾ ਤੇ ਪਿੰਡ ਪਹੁੰਚਦਾ ਸਾਰੀ। ਤੁਹਾਨੂੰ ਮੈਂ ਖੇਤਾਂ ਦਾ ਵਿਊ ਕਰਾਤਾ, ਖੇਤਾਂ ਦਾ ਵਿਊ ਤਾਂ ਕਰਾਇਆ ਕਿ ਗੇਟ ਨਹੀਂ ਖੋਲਿਆ, ਸਾਰੇ ਸੁੱਤੇ ਪਏ ਸੀ ਤੇ ਹੁਣ ਮੈਂ ਖਿੜਕੀ 'ਚ ਆਵਾਜ਼ ਮਾਰੀ, ਹੁਣ ਖੋਲਿਆ। ਤੇ ਬਾਕੀ ਜਿਹੜਾ ਪਿਛਲਾ ਰਸਤਾ ਸੀ ਸਾਨੂੰ ਮੈਪ ਤੋਂ ਲੱਭ ਗਿਆ ਸੀ ਤੇ ਫਿਰ ਅਸੀਂ ਆ ਗਏ, ਭੁੱਲੇ ਨਹੀਂ ਹੈਗੇ ਪਰ ਥੋੜ੍ਹਾ ਜਿਹਾ ਗਲਤ ਆ ਗਏ ਸੀ। ਭੁੱਲ ਗਿਆ ਚਾਰ ਘੰਟੇ ਹੋ ਗਏ ਮੈਨੂੰ ਆਵਾਜ਼ਾਂ ਮਾਰਦੀ ਨੂੰ, ਗੇਟ ਖੋਲੋ ਗੇਟ ਖੋਲੋ, ਐਡੇ ਘੋੜੇ ਵੇਚ ਕੇ ਸੁੱਤੇ। ਲੋਕ ਲੱਗਾ ਗੇਟ ਨੂੰ, ਲੋਕ ਨਹੀਂ ਲੱਗਾ, ਇਹ ਅੜ ਕੇ ਲੱਗਦਾ ਜਾ ਨਹੀਂ ਕੰਮ ਕਰ ਕਿਤੇ, ਮੈਂ ਉਹੀ ਮਾਰਦੀ ਰਹੀ ਆਵਾਜ਼ਾਂ। ਖਾਣ ਲੱਗ ਪਈ, ਪਾਣੀ ਤਾਂ ਪੀ ਲੈ, ਕੀ ਖਾ ਰਹੀ ਹੈ? ਡੱਬਾ ਆਇਆ, ਮਠਿਆਈ ਆਈ, ਮੈਨੂੰ ਵੀ ਦੇ ਚੁੱਕ ਲਓ। ਅੱਜ ਨਾ ਅਸੀਂ ਮੰਮੀ ਨੇ ਪ੍ਰੈਂਕ ਕੀਤਾ, ਉਸ ਕਮਰੇ ਚ ਬਹਿ ਕੇ ਮੈਂ ਮੰਮੀ ਨੂੰ ਫੋਨ ਕਰਨ ਦੀ, ਮੰਮੀ ਨੂੰ ਕੁਛ ਨੀ ਪਤਾ ਦੇ ਲੈ, ਗੇਟ ਅਸੀਂ ਭੰਨ ਭੰਨ ਕੇ ਖਿੜਕੀਆਂ ਚੋਂ ਪਿੱਛੋਂ ਵਾਜਾਂ ਮਾਰ ਮਾਰ ਕੇ ਗੇਟ ਖਲਾਇਆ, ਤੁਹਾਨੂੰ ਹੋਸ਼ ਕਿਨੂੰ ਹੀ? ਇਹ ਵੀ ਇਹਦੇ ਮੰਮੀ ਦੇ ਫੋਨ ਤੇ ਮੈਨੂੰ ਲੱਗਦਾ ਘੱਟੋ ਘੱਟ 10 ਵਾਰੀ ਫੋਨ ਕੀਤਾ, ਅਮਨ ਦੇ ਫੋਨ ਤੇ ਇੰਨੇ, ਅਸੀਂ ਤਾਂ ਆਏ ਹਾਂ 1 ਵਜੇ ਦੀਆਂ ਆਈਆਂ ਵਾ ਅਸੀਂ, ਤੇ ਮਿਸ ਕਾਲਾਂ ਫਿਰ ਹੋਣੀ ਵੇਖਣੀਆਂ, ਆਏ ਤਾਂ ਅਸੀਂ 1 ਵਜੇ ਦੇ ਹਾਂ। ਤੇ ਮੈਂ ਮੰਮੀ ਨੂੰ ਪਰਲੇ ਕਮਰੇ ਬਹਿ ਕੇ ਫੋਨ ਕਰਨੇ, ਮੈਂ ਮੰਮੀ ਕੀ ਕਰਨੀ, ਕਹਿੰਦੀ ਮੈਂ ਸੁੱਤੀ ਪਈ ਹਾਂ, ਗਗਨ ਆਉਣ ਵਾਲੀ ਹੈ, ਪ੍ਰੈਂਕ ਹੋ ਗਿਆ ਮੰਮੀ ਨਾਲ, ਮੰਮੀ ਨਾਲ ਕੀਤਾ ਸੀ ਪ੍ਰੈਂਕ ਤੇ ਮੰਮੀ ਹੈਰਾਨ ਹੋ ਗਈ ਮੈਨੂੰ ਦੇਖ ਕੇ। ਸਿਮੂ ਆ ਕੇ ਖੜੀ ਕਿ ਮੈਂ ਤਾਂ ਕੀ ਗੱਲ, ਤੁਸੀਂ ਪਹਿਲਾਂ ਦੇ ਆਏ, ਤੁਸੀਂ ਮਿਲੇ ਨਹੀਂ ਹੈਗੇ? ਆ ਸਿਮੂ ਆ ਗਈ ਨਾਨੀ ਕੋਲ ਦੇ, ਮੰਮੀ ਕਹਿੰਦੀ ਸਿਮਰਨ ਤਾਂ ਇਕੱਲੀ ਆ ਗਈ, ਤੂੰ ਨਹੀਂ ਆਈ? ਕੰਮ ਕਿਦਾਂ ਤੇਰਾ ਆ ਕਵਰ ਟ੍ਰਾਂਸਲੇਟ ਨਾ ਪਰਪਲ ਆ ਲੈ, ਮਾਸੀ ਦਾ ਨਵਾਂ ਫੋਨ ਦਿਖਾ, ਪਤਾ ਹੀ ਨਹੀਂ
ਆਪਣਾ ਜਿਹੜਾ ਪਹਿਲਾਂ ਹੈ ਉਹਦੇ ਨਾਲ ਦਾ ਹੀ ਹੈ ਤੁਹਾਡੇ ਨਾਲ ਨਾ ਇਹਦੇ ਨਾਲ ਹੁਣ ਹੁਣ ਵਾਲਾ ਹੀ ਹੈ ਹੁਣ ਵਾਲਾ ਹੀ ਹੈ ਤੁਹਾਡਾ ਕੋਈ ਇਹੀ ਹੈ ਮੇਰਾ ਸੇਮ ਤਾਂ ਹੈਗਾ ਇਹ ਤਾਂ ਵੱਡਾ ਹੈ ਲੱਗਦੇ ਆ ਨਹੀਂ ਸੇਮ ਆ ਕਵਰ ਚੜਿਆ ਹੋਇਆ ਅੰਦਰ ਪੈ ਗਈਆਂ ਮੈਂ ਮੇਰੇ ਜਿਹੜੇ ਪਕੌੜੇ ਸਾਡੇ ਬਣਨਗੇ ਚੁੱਲ੍ਹੇ ਤੇ ਚੁੱਲ੍ਹੇ ਨੂੰ ਤਾਂ ਕੱਪੜੇ ਬੜੇ ਸੋਹਣੇ ਪਾਏ ਨੇ ਉੱਤੇ ਕੱਪੜ ਪਾ ਗਿਆ ਠੰਡ ਲੱਗਦੀ ਤਾਂ ਪਾਤੇ ਕੱਪੜੇ ਇਹ ਕੀ ਹੋ ਰਿਹਾ ਰੇਨਕੋਟ ਪਾਇਆ ਹੋਇਆ ਚੁੱਲ੍ਹੇ ਨੂੰ ਕਿ ਇਹ ਨਾ ਗਿੱਲਾ ਨਾ ਹੋਵੇ ਇਹ ਕਰਤਾ ਆ ਸਾਰਾ ਸਾਫ਼ ਕਰਨ ਵਾਲਾ ਹੋਇਆ ਪਿਆ ਆਹੋ ਮੈਂ ਇਸੇ ਕੰਮ ਨੂੰ ਆਈ ਆ ਨਾ ਆ ਦੇਖ ਲਓ ਇਹਨਾਂ ਦੇ ਕੰਮ ਕਿੰਨੀ ਕੁ ਸਾਂਭ ਬੂਟਾ ਸੜ ਚੱਲਿਆ ਪਾਣੀ ਨਹੀਂ ਪਾਇਆ ਬੂਟੇ ਨੂੰ ਵਿਚਾਰੇ ਨੂੰ ਪਾਣੀ ਨਹੀਂ ਪਾਇਆ ਥੋੜ੍ਹੇ ਬਹੁਤੇ ਪੱਤੇ ਰਹਿ ਗਏ ਹਰੇ ਦੇ ਮੈਨੂੰ ਮਨੀ ਪਲਾਂਟ ਨੂੰ ਨਹੀਂ ਪਾਇਆ ਤੇ ਮਨੀ ਪਲਾਂਟ ਨੂੰ ਨਹੀਂ ਪਾਇਆ ਪਾਣੀ ਮੈਂ ਪਾਣੀ ਪਾਇਆ ਮਜ਼ਾਕ ਨਾਲ ਕਹਿ ਰਹੇ ਸੀ ਤੁਹਾਡੇ ਜਿਹੜੇ ਵਾਲ ਕਹਿੰਦੇ ਮੈਂ ਪੁੱਛਣਾ ਸੀ ਤੁਸੀਂ ਵਾਲ ਨੂੰ ਕੀ ਲਾਉਂਦੇ ਗਏ ਪਰ ਮੈਂ ਬਲਿੰਦਰ ਭਾਈ ਦੇ ਅਵਤਾਰ ਭਾਈ ਦੇ ਵਾਲ ਦੇਖੇ ਜੇ ਇਹ ਕੁਛ ਲਾਉਂਦੀਆਂ ਹੁੰਦਾ ਸੀ ਉਹਨਾਂ ਦੇ ਨਾ ਲਾਗ ਵੱਡੇ ਕਰ ਦਈਏ ਕੋਈ ਅੱਗ ਬਾਲਣ ਦਾ ਅੱਗ ਲਾਈ ਆ ਟੈਰਾਂ ਨੂੰ ਲੱਕੜੀ ਲੱਗੀ ਨੀ ਅੱਗ ਲੱਗ ਗਈ ਕਈ ਦਾ ਅੱਗ ਲੱਗ ਗਈ ਹੈ ਇੱਧਰ ਚੋਲੇ ਚ ਪਾਂਡੂ ਫੇਰਨਾ ਯਾਦ ਆਂਦੀ ਹੈ ਮੇਰੇ ਸਾਈਕਲ ਦੀ ਯਾਰ ਟਾਇਰ ਤਾਂ ਪੈਂਚਰ ਹੋ ਰਹੇ ਨੇ ਤੇ ਦੇਖਿਓ ਇਹਨੂੰ ਰੇੜ ਕੇ ਲੈ ਆਈ ਆ ਸਕੂਟਰੀ ਤੇ ਆਈ ਆ ਨਾ ਨੇ ਲੱਕੜੀ ਦੀ ਬੌੜੀ ਵਾਧੂ ਚੁੱਲ੍ਹਾ ਬਾਲਣ ਨਾ ਕਰਕੇ ਨਾ ਵਿਚਾਰੇ ਦਾ ਮੂੰਹ ਮੱਥਾ ਵਿੱਚ ਮਾਰਿਆ ਗਿਆ ਉਹੀ ਲੱਗ ਗਿਆ ਤੇ ਕਲਰ ਹੀ ਲੱਗ ਗਿਆ ਮੰਮੀ ਦਾ ਘਰ ਕਲਰ ਮੀਨਸ ਮੰਮੀ ਹੈ ਮੰਮੀ ਕਲਰ ਦਾ ਮਤਲਬ ਦੱਸੋ ਮੈਨੂੰ ਕੀ ਹੁੰਦਾ ਕਲਰ ਲੱਗ ਗਿਆ ਨਾ ਚੁੱਲ੍ਹੇ ਨੂੰ ਕਰਨ ਲੱਗੇ ਮੈਂ ਬੇਸ ਲਗਾਉਣ ਲੱਗਿਆ ਫੇਸ ਤੇ ਚੁੱਲ੍ਹਾ ਹੋ ਗਿਆ ਆਪਣਾ ਰੈਡੀ ਹੁਣ ਆਪਾਂ ਬਣਾਵਾਂਗੇ ਜੀ ਪਕੌੜੇ Hi guys. Look guys. Oh Fatu. Hello. Hello. ਹਾਂਜੀ ਕਿਵੇਂ ਦਾ ਸਕੂਲ ਤਾਂ ਦੱਸ ਹੈਲੋ ਹਾਂਜੀ
की दिखा रहे फते कंद फते ने पिछे पाया गा हो गई लग रहे स्कूल हालात ने फते दे सिल्वर कार्ड मासी जेड़ा इंग्लिश बोल दो सिल्वर कार्ड मिलता है गोल्ड कार्ड नहीं होता मिलिया मिलिया सिल्वर कार्ड वेलकम करके वो सारे ब्लॉग नहीं करा दे।